ਇੱਕ ਔਰਤ ਦੇ ਤਿੰਨ ਜਵਾਕ ਨੇ ਠੀਕ ਹੈ ਜੀ ਤੇ ਉਹ ਚਲੀ ਜਾਂਦੀ ਹੈ ਬਾਜ਼ਾਰ ਬਾਜ਼ਾਰ ਚੋਂ ਲਿਆਉਂਦੀ ਹੈ ਉਹ ਅੰਬ ਠੀਕ ਹੈ ਉਹਨੂੰ ਵੱਡਾ ਮੁੰਡਾ ਮਿਲਦਾ ਹੈ ਉਹ ਕਹਿੰਦਾ ਮੈਨੂੰ ਅੱਧੇ ਅੰਬ ਦੇ ਦੇ ਤੇ ਅੱਧ ਤੋਂ ਇੱਕ ਵੱਧ ਦੇ ਦੇ ਠੀਕ ਹੈ ਉਹ ਉਹਨੂੰ ਦੇ ਦਿੰਦੀ ਹੈ ਅੱਧੇ ਅੰਬ ਦੇ ਕੇ ਇੱਕ ਵੱਧ ਦੇ ਦਿੰਦੀ ਹੈ ਫਿਰ ਦੂਜਾ ਮਿਲਦਾ ਹੈ ਉਹ ਵੀ ਇਹੀ ਕਹਿੰਦਾ ਵੀ ਜਿੰਨੇ ਤੇਰੇ ਕੋਲੇ ਅੰਬ ਆ ਉਹ ਚੋਂ ਅੱਧ ਦੇ ਕੇ ਇੱਕ ਵੱਧ ਦੇ ਉਹ ਵੀ ਦੇ ਦਿੰਦੀ ਹੈ ਉਹਨੂੰ ਐਂ ਲਾਸਟ ਤੇ ਮੁੰਡਾ ਮਿਲਦਾ ਠੀਕ ਹੈ ਉਸ ਤੋਂ ਬਾਅਦ ਉਹਦੇ ਕੋਲੇ ਲਾਸਟ ਦੇ ਇੱਕ ਅੰਬ ਬਚਦਾ ਤੁਸੀਂ ਇਹ ਦੱਸਣਾ ਵੀ ਉਹ ਅੰਬ ਕਿੰਨੇ ਖਰੀਦ ਕੇ ਲਿਆਈ ਹੈ ਬੰਦੇ ਕਿੰਨੇ ਮਿਲੇ ਹਣ ਉਹਨੂੰ ਤਿੰਨ ਤਿੰਨ ਉਹਦੇ ਜਵਾਕ ਆ ਠੀਕ ਹੈ ਤਿੰਨ ਉਹਦੇ ਜਵਾਕ ਆ ਉੱਤਰ ਵੀ ਦੇਊਂਗਾ ਮੈਂ ਇਸ ਵੀਡੀਓ 'ਚ ਨੈਬ ਲਿਆਉਂਦੇ ਨੇ ਕਦੇ ਠੀਕ ਹੈ ਮੰਨ ਲਾ ਉਹਨੇ 50 ਅੰਬ ਲੈ ਲੇ 50 ਦੇ ਵਿੱਚੋਂ ਪਹਿਲਾਂ ਕਹਿੰਦਾ ਮੈਨੂੰ 25 ਅੰਬ ਦੇ ਕੇ ਇੱਕ ਵੱਧ ਦੇ 26 ਦੇ ਵੀ ਮੈਨੂੰ 25 ਦਾ ਅੱਧ ਹੋ ਗਿਆ ਵੀ 26 ਦੇ ਠੀਕ ਹੈ ਫਿਰ ਉਹਦੇ ਕੋਲੇ ਬਚ ਗਏ ਮੰਨ ਲਾ 24 24 ਚੋਂ ਉਹ ਦੂਜਾ ਫੇਰ ਆ ਗਿਆ ਉਹ ਕਹਿੰਦਾ ਮੈਨੂੰ 12 ਦੇ ਕੇ ਇੱਕ ਵੱਧ ਦੇ 13 ਦੇ ਐ ਠੀਕ ਹੈ ਲਾਸਟ ਤੇ ਬੁੜੀ ਕੋਲੇ ਇੱਕ ਅੰਬ ਬਚਦਾ ਸਤਗੁਰ ਵਾਲਾ ਚਾਰ ਕਿੰਨੇ ਖਰੀਦੇ ਉਹਨੇ ਲੋਟ ਸਤਗੁਰ ਵਾਲੇ ਚਾਰ ਅੰਬ ਵੰਡੇ ਨਹੀਂ ਜਾਂਦੇ ਚਾਰ ਅੰਬ ਨਹੀਂ ਕਿ ਕੋ ਉਹਨਾਂ ਨੂੰ ਦੇ ਕੇ ਠੀਕ ਹੈ ਯਾਰ ਮੇਰੇ ਹਿਸਾਬ ਨਾਲ ਤਾਂ ਇੱਕ ਇੱਕ ਦੇ ਕੇ ਇੱਕ ਵੱਜ ਗਿਆ ਵਿੱਚ ਪੰਜ ਕਰ ਲੈ ਚੱਲ ਠੀਕ ਹੈ ਜੇ ਇੱਕ ਚੋਂ ਇੱਕ ਵੱਧ ਦੇਣਾ ਫਾੜੀ ਫਾੜੀ ਚੀਰ ਕੇ ਉਹ ਤੋਂ ਤੁਸੀਂ ਦਿਮਾਗ ਲਾਓ ਜੀ ਤੇ 200 ਰੁਪਇਆ ਨਿਆਮ ਅੱਛਾ 200 ਰੁਪਇਆ ਨਿਆਮ ਜਿਹੜਾ ਬੰਦਾ ਉੱਤਰ ਦੇ ਠੀਕ ਹੈ ਸ਼ਰਮਾ ਜੀ ਅਸੀਂ ਸਰਚ ਕਰ ਰਹੇ ਜੀ ਠੀਕ ਹੈ ਲਾਓ ਜੀ ਦਿਮਾਗ ਤੁਸੀਂ ਡੂੰਗੇ ਹੋ ਕਿਉਂ ਜੀ ਠੀਕ ਹੈ ਨਹੀਂ ਅਸੀਂ ਯਾਰ ਆਪਾਂ ਆਈਡੀਆ ਲਾ ਕਿਉਂ ਜਾਂਦੇ ਵਿੰਦਰ ਜੇ ਉਹਨੇ ਤੂੰ ਆਪ ਕਿੰਨੀ ਲੈ ਲੈ ਕਿੰਨੀ ਲੈ ਲੈ ਗੱਲ ਤਾਂ ਬੁੜੀ ਕੋਲੇ ਲਾਸਟ ਤੇ ਇੱਕ ਅੰਬ ਬਚਣਾ ਚਾਹੀਦਾ ਜੇ ਉਹਨੇ 10 ਅੰਬ ਖਰੀਦੇ ਯਾਰ ਹਾਂ 10 ਚੋਂ ਤਿੰਨ ਥਾਵੇਂ ਵੰਡ ਕੇ ਇੱਕ ਵੱਧ ਦੇਣਾ ਦੋ ਦੇ ਦੇ ਮੰਨ ਕੇ ਚੱਲ ਠੀਕ ਹੈ ਦੋ ਦੇ ਦੇ ਅੰਬ 10 ਚੋਂ ਇੱਕੋਂ ਨੇ ਵੱਧ ਦਿੱਤੇ ਤਿੰਨ ਠੀਕ ਹੈ ਤਿੰਨ ਦੂਜਾ ਵੀ ਕਹਿੰਦਾ ਮੈਨੂੰ 19 ਦੇ ਹੀ ਦੇਣਾ ਹਾਂ ਦੂਜਾ ਕਹਿੰਦਾ ਅੱਧ ਦੇ ਕੇ ਇੱਕ ਵੱਧ ਦੇ ਫਿਰ ਤੀਜੇ ਕੋਲੇ ਬਾਗੀ ਤੀਜਾ ਵੀ ਕਹਿੰਦਾ ਅੱਧ ਦੇ ਕੇ ਇੱਕ ਵੱਧ ਦੇ ਠੀਕ ਹੈ ਲਾਸਟ ਤੇ ਬੁੜੀ ਕੋਲੇ ਇੱਕ ਅੰਬ ਬਚਦਾ ਉਹਨੇ ਕਿੰਨੇ ਅੰਬ ਖਰੀਦੇ ਉਹਨੇ 12 ਖਰੀਦੇ ਫਿਰ ਗਣਿਆ ਉਹਨੇ ਅੰਬ ਕਾਫੀ ਖਰੀਦੇ ਨੇ ਥੋੜਿਆਂ 'ਚ ਨਹੀਂ ਆਉਂਦਾ ਜਵਾਬ ਠੀਕ ਹੈ 100 200 ਜਾਊਗਾ ਸਵਾਲ ਦਾ ਜਵਾਬ ਇਹਦਾ ਹੈ ਲਾਓ ਜੀ ਦਿਮਾਗ ਘੱਟੋ ਘੱਟ ਇਹ 200 ਅੰਬ ਹੋਣੇ 200 ਨੈਬ ਕੋਲੇ ਜਾ ਉਹ ਬੰਦਾ ਦਿਮਾਗ ਲਾ ਨੈਬ ਦਾ ਲੱਗ ਰਿਹਾ ਇਹਦਾ 200 ਅੱਜ ਨੈਬ ਵੀ ਆ ਲਾਲ ਕੀ ਗੱਲ ਹੈ 200 ਲਾਲ ਚੱਕ ਲੈ ਤੁਰਦੇ ਤੁਰਦੇ ਦੱਸ ਦੇ ਯਾਰ ਕਿਉਂ ਵੀ ਸੋਨੀ ਲੈ ਬਈ ਕੱਟਤਾ ਉਹਨੇ ਕੋ ਹੈ ਲੈ 200 ਰੁਪਏ ਕੱਟ ਅੱਛਾ 200 ਇਹ ਚੱਕ ਲੈ ਕੱਟਤਾ ਮੈਂ ਇਹਦਾ ਪਹੁੰਚ ਗਿਆ ਤੁਹਾਡੇ ਵਾਸਤੇ ਹੈ ਠੀਕ ਹੈ ਲੈ ਵੀ ਜਿਹੜਾ ਬੰਦਾ ਜਿੱਤੂਗਾ ਤੁਹਾਡੇ ਠੀਕ ਹੈ ਤੇ ਤੁਹਾਡੇ ਕੋਲੇ ਟਾਈਮ ਹੁਣ 1 ਮਿੰਟ ਦਾ ਰਹਿ ਗਿਆ ਠੀਕ ਹੈ 3 ਮਿੰਟ ਦੀ ਬਾਅਦ ਹਾਂ 200 ਨਹੀਂ ਖਾਦਾ ਨਹੀਂ ਜੀ ਅਸੀਂ ਜਵਾਬ ਦੇਵਾਂਗੇ ਦੱਸੋ 200 ਅੰਬ ਦਾ ਜਵਾਬ ਅਸੀਂ ਜਵਾਬ ਦੇਵਾਂਗੇ 200 ਅੰਬ ਕਹਿੰਦੇ ਨੇ ਸ਼ਰਮਾ ਜੀ ਦੱਸੋ ਹੈਗਾ ਕਿ ਨਹੀਂ ਠੀਕ ਹੈ ਨਾ ਜੀ ਬਿਲਕੁਲ ਅਸੀਂ ਜਵਾਬ ਦੇਵਾਂਗੇ 31 ਜੀ 31 150 31 ਤਾਂ ਨਹੀਂ ਗਏ ਜੀ ਨਾ ਜੀ 31 ਗਣਿਆ ਕਿਵੇਂ ਗਣਿਆ 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 ਹੋ ਯਾਰ ਮੈਨੂੰ ਗਣਿਆ ਕੇ ਪੈਸੇ ਫੜ ਲਓ ਆਪਣਾ ਆਪਣਾ ਉਹ ਖਰੀਦਨੇ ਆ ਬੜੀ ਨੇ ਤਿੰਨ ਦੇ ਤਾਂ ਆਪਣਾ ਕੀ ਨੋਲੇਜ ਕਿੰਨੇ ਕਹਿੰਦੇ ਜਮਦੇ ਨੇ ਹੈ ਉਹਨੇ ਜੀ ਤਿੰਨ ਮੁੰਡੇ ਨੇ ਉਹ ਬਾਜ਼ਾਰ ਚੋਂ ਅੰਬ ਲਿਆਈ ਹੈ ਪਹਿਲਾ ਕਹਿੰਦਾ ਮੈਨੂੰ ਇੱਕ ਕਿੰਨਾ ਇੱਕ ਦੇ ਕੇ ਵੱਧ ਦੇਣਾ ਇੱਕ ਪਹਿਲਾ ਕਹਿੰਦਾ ਮੈਨੂੰ ਅੱਧੇ ਅੰਬ ਦੇ ਦੇ ਅੱਧੇ ਦੇ ਦੇ ਹਾਂ ਵੀ ਅੱਧੇ ਤੋਂ ਇੱਕ ਵੱਧ ਅੱਧੇ ਤੋਂ ਇੱਕ ਵੱਧ ਦੇ ਦੇ ਜੇ ਉਹਨੇ 50 ਅੰਬ ਖਰੀਦਿਆ ਤਾਂ ਉਹ ਕਹਿੰਦਾ ਮੈਨੂੰ 26 ਅੰਬ ਦੇ 25 ਦਾ ਅੱਧ ਹੋ ਗਿਆ ਇੱਕ ਵੱਧ ਦੇ ਅੱਧੇ ਤੋਂ ਇੱਕ ਵੱਧ ਦੇ ਹਾਂ ਅਗਲੇ ਕੋਲੇ ਗਈ ਉਹ ਵੀ ਕਹਿੰਦਾ ਮੈਨੂੰ ਅੱਧੇ ਅੰਬ ਦੇ ਇੱਕ ਵੱਧ ਦੇ ਠੀਕ ਹੈ ਤੇ ਲਾਓ ਜੀ ਦਿਮਾਗ ਕਿਉਂ ਸ਼ਰਮਾ ਜੀ ਬਾਲਾ ਕਹਿਣ ਸਵਾਲ ਹੈ ਤੇ ਬਾਲਾ ਕਹਿਣ ਜਵਾਬ ਹੈ 200 ਠੀਕ ਹੈ ਕੀ ਕਰੂਗਾ ਹਾਰੇ ਨਹੀਂ ਸਾਹਿਬ ਜੀ ਗੱਲ ਅੱਧ ਤੋਂ ਇੱਕ ਵੱਧ ਮੰਗਦਾ ਉਹ ਅੰਬ ਉਹਨਾਂ ਚੋਂ ਸੋਨੀ ਦਾ ਘੱਟ ਸਾ ਸੋਨੀ ਘੱਟ ਜਮੀ ਸੌਖਾ ਜਾਂ ਲੱਗ ਰਿਹਾ ਦਿਮਾਗ ਲਾਉਣਾ ਦੋਨੇ ਜਾਣੇ ਉਹਦਾ ਡਿਸਕਸ ਲੱਗ ਰਹੇ ਨੇ ਤੇ ਮੈਨੂੰ ਦੱਸ ਦਿਓ ਵੀ ਭਾਈ ਆਨਸਰ ਦੇ ਦੇ ਮੈਂ ਆਨਸਰ ਦੇਊਂਗਾ ਜੇ ਨਾ ਸਹੀ ਲੱਗਿਆ ਸਾਰੇ ਬੰਦੇ ਮੈਨੂੰ ਕਹਿ ਦਿਓ ਵੀ ਆ ਅੰਕਰ ਤੇਰਾ ਗਲਤ ਹੈ ਠੀਕ ਹੈ ਕਿਉਂ ਜੀ ਠੀਕ ਹੈ ਜੀ ਨਹੀਂ ਦੱਸੋ ਫਿਰ ਜੇ ਤੁਹਾਨੂੰ ਕੋਈ ਸ਼ੋਰ ਹੈ 52 ਤੇ ਜੇ 25 ਨਹੀਂ 50 ਤੇ ਉਸ ਤੋਂ ਲਾ ਲੈ ਇਸ ਹਿਸਾਬ ਵੱਧ ਗਿਆ 24 ਵਾਲਾ 24 ਦਿਨ 48 47 ਸਾਡੇ 26 ਆ ਗਿਆ ਬਈ ਨਾ ਜੀ ਸਾਡੇ 46 ਨਾ ਜੀ ਚਲੋ ਜੀ ਮੈਂ ਦੇ ਦਿੰਦਾ ਜੀ ਜਵਾਬ ਜੇ ਤੁਹਾਡਾ ਉਲਝ ਗਿਆ ਕੰਮ ਉਹਨੇ ਜੀ 22 ਅੰਬ ਖਰੀਦੇ ਸੀਗੇ ਠੀਕ ਹੈ 22 ਤਾਂ ਮੈਨੂੰ ਲੱਗਦਾ ਕਿਸੇ ਨੇ ਕਿਹਾ ਵੀ ਨਹੀਂ ਠੀਕ ਹੈ ਕਿਸੇ ਨੇ ਨਹੀਂ ਕਿਹਾ 22 ਦੇ ਵਿੱਚੋਂ ਪਹਿਲਾਂ ਕਹਿੰਦਾ ਵੀ ਮੈਨੂੰ ਅੱਧ ਦੇ 11 ਦੇ 11 ਦੇ ਤੇ ਇੱਕ ਉਹਨੇ ਵੱਧ ਲੈ ਲਿਆ 12 ਅੰਬ ਆ ਗਏ ਉਹਦੇ ਕੋਲੇ 12 ਉਹਦੇ ਕੋਲੇ ਬਚ ਗਏ 10 ਅੰਬ ਬੁੜੀ ਕੋਲੇ ਦੂਜੇ ਕੋਲੇ ਗਈ ਉਹ ਕਹਿੰਦਾ ਮੈਨੂੰ ਅੱਧ ਦੇ ਕੇ ਇੱਕ ਵੱਧ ਦੇ 5 ਦੇਤੇ ਉਹਨੇ 6 ਦੇਤੇ 6 ਦੇਤੇ ਮਗਰ 4 ਬਚ ਗਏ ਹਾਂ ਤੀਜਾ ਕਹਿੰਦਾ ਮੈਨੂੰ ਅੱਧ ਦੇ ਕੇ ਇੱਕ ਵੱਧ ਦੇ 2 ਦੇ ਕੇ ਇੱਕ ਉਹਨੇ ਫੇਰ ਦਿੱਤਾ 3 ਅੰਬ ਦੇ ਤੇ 1 ਬਚ ਗਿਆ ਬੁੜੀ ਕੋਲੇ ਠੀਕ ਹੈ 22 ਅੰਬ ਨੇ 22 ਅੰਬ 22ਆਂ ਚੋਂ ਵੰਡਣੇ ਨੇ 3 ਜਵਾਬ ਠੀਕ ਨਹੀਂ ਉਹਨੇ ਉਦਾਹਰਨ ਦਿੱਤੀ ਸੀ ਠੀਕ ਹੈ ਜੀ ਉਦਾਹਰਨ ਦਿੱਤੀ ਸੀ ਠੀਕ ਹੈ ਹਾਂ
ठीक है जी, ओके।